ਕਿੱਦਾਂ ਸਾਰੇ? ਵਧੀਆ? ਆਪਾਂ ਬਹੁਤ ਵਧੀਆ। ਅੱਜ ਮੇਰਾ ਕੋਲਡ ਬਹੁਤ ਠੀਕ ਹੈ, ਬੜਾ ਫਰਕ ਪੈ ਜਾਂਦਾ ਸਾਹ ਨਾ ਆਵੇ ਨਾ। ਅਤੇ ਇਹ ਬੋਂਬੇ ਪੀਣੀ ਸਪੋਰਟ ਦਾ CCTV ਕੈਮਰਾ ਨਿਗਰਾਨੀ ਰੱਖਦੇ ਹੋਏ। ਤੋ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ 'ਤੇ। ਅਤੇ ਅੱਜ ਆਪਾਂ ਚੱਲੇ ਹਾਂ ਚਿੰਤਪੁਰਨੀ। ਠੀਕ ਸੀ ਮੌਸਮ, ਅੱਜ ਧੁੰਦ ਨਹੀਂ ਹੈਗੀ ਸੀਗੀ, ਸਭ ਨਾਲੋਂ ਵਧੀਆ ਆਪਸ਼ਨ। ਅਤੇ ਕੁਛ ਬੱਦਲ ਹੈਗੇ ਥੋੜ੍ਹੇ ਬਹੁਤ ਮੇਰੇ ਪਿੱਛੇ, ਵਧਗਾ ਬੱਦਲ ਰੱਖੇ ਇਹਨਾਂ ਨੇ, ਬੱਚਿਆਂ ਦੀ ਇੰਜੋਏਮੈਂਟ, ਸਾਰਿਆਂ ਦੀ ਇੰਜੋਏਮੈਂਟ ਹੋ ਜਾਂਦੀ ਹੈ। ਚਲੋ ਅੱਜ ਚਿੰਤਪੁਰਨੀ ਚੱਲੇ ਹਾਂ, ਉਹੀ ਰਸਤਾ ਆਪਣਾ ਨਕੋਦਰ ਜੰਡਿਆਲਾ, ਸਾਰਾ ਕੁਛ ਉਹੀ ਸਾਰਾ ਕੁਛ। 3-4 ਦਿਨ ਹੋ ਗਏ ਇਸੇ ਰਸਤੇ ਤੋਂ ਰੋਜ਼ ਰੋਜ਼ ਘੁੰਮਦਾ ਕਰਦਾ ਮੈਂ। ਕਰਦੇ ਹਾਂ ਨਾਸ਼ਤਾ, ਫਿਰ ਚੱਲਦੇ ਹਾਂ ਅੱਗੇ। ਤੁਹਾਨੂੰ ਮੈਂ ਹੈਗਾ ਇਸ ਟਾਈਮ ਸੰਧੂ ਜਿਮੀਦਾਰ ਢਾਬਾ 'ਤੇ, ਅਤੇ ਸੀਨ ਕੁਛ ਇਸ ਤਰ੍ਹਾਂ ਨੇ। ਸਟੀਲ ਦੇ ਗਲਾਸ 'ਚ ਚਾਹ ਪੀਣ ਦਾ ਨਜ਼ਾਰਾ ਹੀ ਵੱਖਰਾ ਨਾ। ਪਤਾ ਨਹੀਂ ਕਿਉਂ ਦੂਜੇ ਕੱਪਾਂ 'ਚ ਦਿੰਦੇ ਚਾਹ ਨਾ, ਸਵਾਦ ਨਹੀਂ ਲੱਗਦੀ, ਜਾਂ ਨਾ ਛੇਤੀ ਠੰਡੀ ਹੁੰਦੀ ਜਾਂ ਕੁਛ ਵੀ ਕਹਿ ਲਓ। ਅਤੇ ਸਟੀਲ ਦੇ ਗਲਾਸ 'ਚ ਤਾਂ ਮਜ਼ਾ ਹੀ ਵੱਖਰਾ ਪੀਣ ਦਾ। ਨਾਲੇ ਕਹਿਣ ਨੂੰ ਆਪਾਂ ਸਿਆਣੇ ਤਾਂ ਨਹੀਂ ਹੈਗੇ, ਪਰ ਸਿਆਣੇ ਕਹਿ ਜਾਂਦੇ ਵੀ ਤੱਤ ਰਹਿ ਜਾਂਦੇ ਇਹਦੇ 'ਚ। ਚਲੋ ਤੱਤ ਪੀ ਲਈਏ ਚਾਹ ਨਹੀਂ ਤਾਂ। ਪਹੁੰਚ ਕੇ ਚਿੰਤਪੁਰਨੀ ਬੈਕ ਸਾਈਡ ਦੀ ਖੜ੍ਹੀ ਗੱਡੀ ਪਾਰਕਿੰਗ ਦੇ ਵਿੱਚ, ਠੀਕ ਕਾਫੀ ਟਾਈਮ ਲੱਗ ਗਿਆ ਸਾਨੂੰ, ਅਸੀਂ ਟਾਈਮ ਹੋ ਗਏ ਪੂਰੇ 12 ਵੱਜ ਗਏ, ਅਤੇ ਅਸੀਂ ਚੱਲੇ ਸੀਗੇ 6:35 'ਤੇ। ਥੋੜ੍ਹਾ ਜਿਹੜਾ ਉਹ ਟੁੱਟਾ ਨਾ ਜੰਡਿਆਲੇ ਤੋਂ, ਜਿਹੜਾ ਫਗਵਾੜੇ ਤੋਂ ਪਹਿਲਾਂ 7 ਕਿਲੋਮੀਟਰ ਟੁੱਟਾ, ਉਹ ਬਹੁਤ ਖਰਾਬ ਕਰਦਾ। ਇੱਕ ਉਹ ਖਰਾਬ ਕਰਦਾ, ਫਿਰ ਹੁਸ਼ਿਆਰਪੁਰ ਦੇ ਬਾਈਪਾਸ 'ਤੇ, ਉੱਥੇ ਬੜੀ ਪ੍ਰੋਬਲਮ ਆਉਂਦੀ ਹੈ। ਚੱਲਦੇ ਹੁਣ ਮਾਰਕੀਟ, ਥੋੜ੍ਹਾ ਘੁੰਮਾ ਕੇ ਲਿਆਉਂਦੇ ਤੁਹਾਨੂੰ, ਅਤੇ ਫਿਰ ਆਪਾਂ ਕਰਾਂਗੇ ਥੋੜ੍ਹੀ ਜਿਹੀ ਰੈਸਟ। ਮੰਤਰ ਕਹਿੰਦੇ ਥੋੜ੍ਹਾ ਟਾਈਮ ਵਾਸਤੇ ਬੰਦ ਹੋ ਜਾਂਦਾ, ਪਤਾ ਨਹੀਂ 12 ਤੋਂ 12:30 ਘੰਟੇ ਵਾਸਤੇ ਬੰਦ ਹੁੰਦਾ। ਆਏਗਾ ਹੋਟਲ ਹਜੈਮਾ, ਉਹ ਹੈਗਾ ਹੋਟਲ ਸਚਿਨ, ਅਤੇ ਗੇਟ ਨੰਬਰ 2 ਮੰਦਰ ਮਾਤਾ ਸ਼੍ਰੀ ਚਿੰਤਪੁਰਨੀ, ਗੇਟ ਨੰਬਰ 2 ਜੈ ਮਾਤਾ ਦੀ। ਚਲੋ ਚੱਲੀਏ ਬਾਜ਼ਾਰ ਵੇਖੋ। ਲਿਖਿਆ ਸੇਲ 10 ਰੁਪਏ 20 ਰੁਪਏ ਬੁੜੀਆਂ ਦਾ ਸਮਾਨ ਹੈ, 100 ਰੁਪਏ।
ਪਹਿਲਾਂ ਉਤਰਾਈ ਸੀਗੀ, ਹੁਣ ਚੜ੍ਹਾਈ ਕੱਢਣੀ ਹੈ। ਪਤਾ ਤਾਂ ਹੁਣ ਲੱਗਣਾ। ਬੜੇ ਚਾਹ ਚਾਹ ਨਾਲ ਥੱਲੇ ਮਾਰਕੀਟ ਦਿਖਾਉਣ ਆਇਆ ਸੀਗਾ, ਬੜਾ ਹੁਣ ਲੱਗਣਾ ਜਦੋਂ ਉੱਪਰ ਚੜ੍ਹਿਆ। ਅੱਗੇ ਸਾਹਮਣੇ ਦੁਕਾਨ ਹੁੰਦੀ ਸੀਗੀ, ਇੱਥੇ ਗੱਡੀ ਲੱਗ ਜਾਂਦੀ ਸੀ। ਰਾਤ ਇੱਧਰਲੀ ਸਾਈਡ ਕੱਲ੍ਹ ਮਤਲਬ ਕਾਫੀ ਮੀਂਹ ਪਿਆ, ਇੱਥੇ ਗੜੇ ਗੁੜੇ ਵੀ ਪਏ ਸ਼ਾਇਦ ਰਸਤੇ 'ਚ ਵੀ। ਆਹ ਹੁਸ਼ਿਆਰਪੁਰ ਹੋ ਗਿਆ, ਫਗਵਾੜਾ ਏਰੀਆ ਸਾਰਾ ਕਾਫੀ ਪਾਣੀ ਸੀਗਾ। ਆਪਣੇ ਵਾਲੇ ਪਾਸੇ ਥੋੜ੍ਹਾ ਜਿਹਾ ਘੱਟ ਹੈ ਮੀਂਹ, ਅਤੇ ਇੱਧਰ ਜ਼ਿਆਦਾ ਨਹੀਂ ਹੈ ਨਾ। ਇੱਧਰਲੀ ਸਾਈਡ ਗਰਮੀ ਹੋਈ ਪਈ, ਅੱਜ ਤਿੱਖੀ ਧੁੱਪ ਨਿਕਲੀ ਆਪਣੇ, ਅਜੇ ਤੱਕ ਨਹੀਂ ਨਿਕਲੀ ਤਿੱਖੀ ਧੁੱਪ ਮੇਰੇ ਕੋਲ, ਬੱਦਲ ਹੀ ਬੱਦਲ ਹੋਏ ਪਏ ਆ। ਕੀ ਦੇਖ ਰਹੇ ਹੋ, ਇਹਨਾਂ ਨੂੰ ਡੇਢਾਂ ਦੀ ਲੋੜ ਨਹੀਂ। ਆ ਗਿਆ ਬੋਂਬੇ ਪਿਕਨਿਕ ਸਪੋਟ, ਪਹੁੰਚ ਗਏ। ਇਹ ਬੋਂਬੇ ਪਿਕਨਿਕ ਸਪੋਟ ਦਾ ਸੀਸੀਟੀਵੀ ਕੈਮਰਾ ਨਿਗਰਾਨੀ ਰੱਖਦੇ ਹੋਏ ਚਿੰਤਪੁਰਨੀ ਤੋਂ 3 ਵਜੇ ਚੱਲ ਪਏ ਸੀਗੇ ਵਾਪਸੀ 'ਤੇ, ਅਤੇ ਹੁਣ ਅਸੀਂ ਆ ਗਏ ਹਾਂ। 3 ਟਾਈਮ ਹੋ ਗਿਆ, 3:35 ਹੋ ਗਏ, ਅਤੇ ਹੁਣ ਅਸੀਂ ਆ ਗਏ ਹਾਂ। ਕਿੱਥੇ ਆ ਗਏ ਆਪਾਂ? ਬੋਂਬੇ ਪਿਕਨਿਕ ਸਪੋਟ। ਬੋਂਬੇ ਪਿਕਨਿਕ ਸਪੋਟ ਜੀ, ਨਾਮ ਹੀ ਨਹੀਂ ਯਾਦ ਰਹਿੰਦੇ ਯਾਰ, ਰੋਏ ਰੋਏ ਆਉਂਦੇ, ਨਾਮ ਹੀ ਨਹੀਂ ਯਾਦ ਰਹਿੰਦੇ। ਅਤੇ ਕੀ ਕਰਨਾ ਹੁਣ ਆਪਾਂ, ਲੰਚ ਕਿ ਡਿਨਰ? ਲੰਚ ਕਰਨਾ ਯਾਰ, ਚਲੋ ਲੰਚ ਕਰਦੇ ਫਿਰ ਦੱਸਦੇ। ਮੈਂ ਹੈਗਾ ਇਸ ਟਾਈਮ ਬੋਂਬੇ ਪਿਕਨਿਕ ਸਪੋਟ 'ਤੇ, ਅਤੇ ਸੀਨ ਕੁਛ ਇਸ ਤਰ੍ਹਾਂ ਨੇ। ਭਟੂਰੇ ਆ ਬੋਂਬੇ ਪਿਕਨਿਕ ਸਪੋਟ ਦੇ, ਭਟੂਰਿਆਂ ਦਾ ਪ੍ਰਬੰਧ ਹੋ ਗਿਆ, ਭਟੂਰੇ ਆਪਾਂ ਖਾ ਰਹੇ ਹਾਂ। ਹੁਣ ਲੈਂਦੇ ਹਾਂ ਕਿ ਵਧੀਆ ਜੀ ਚਾਹ ਬਣਦੀ ਪਈ ਆ, ਬਣ ਕੇ ਬਾਹਰ ਆਉਂਦੀ ਅਤੇ ਆਪਾਂ ਅੰਦਰ ਕਰ ਲੈਂਦੇ। ਇਹ ਆ ਬੋਂਬੇ ਪਿਕਨਿਕ ਸਪੋਟ, ਇੱਥੇ ਖੇਡਾਂ ਖੁਡਾਂ ਬੱਚਿਆਂ ਦੇ ਕਾਫੀ ਕੁਛ ਹੈ, ਖਾਣ ਪੀਣ ਰੈਸਟੋਰੈਂਟ। ਚਲਦੇ ਗੱਡੀ ਕੋਲੇ, ਬਸ ਚਲਦੇ ਫਿਰ, ਟਾਈਮ ਹੋ ਗਿਆ 4:20 ਹੋ ਗਏ। ਭਟੂਰੇ ਖਾਧੇ, ਇਹਦੇ ਨਾਲ ਚਾਹ ਪੀਤੀ, ਅਤੇ ਹੁਣ ਸਿੱਧੇ ਜਾ ਕੇ ਫਰੀਦਕੋਟ ਹੀ ਰੁਕਾਂਗੇ, ਰੁਕਣਾ ਨਹੀਂ ਕਿਤੇ।